ਅਕਾਲੀ ਵਿਧਾਇਕਾਂ ਵੱਲੋਂ ਬੁੱਧਵਾਰ ਨੂੰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਨਵਜੋਤ ਸਿੰਘ ਸਿੱਧੂ ਉੱਪਰ ਮਾੜੀ ਸ਼ਬਦਾਵਲੀ ਅਤੇ ਸਦਨ ਦੀ ਮਰਿਆਦਾ ਭੰਗ ਕਰਨ ਦੇ ਦੋਸ਼ ਲਗਾਏ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂ ਨੇ ਕਿਹਾ ਹੈ ਕਿ ਮਾਣਯੋਗ ਸਪੀਕਰ ਸਾਹਿਬ ਵੀ ਇੱਕ ਪਾਸੜ ਕਾਰਵਾਈ ਦਾ ਰਵੱਈਆ ਅਪਣਾ ਰਹੇ ਹਨ। ਉਸਦਾ ਸਿੱਟਾ ਇਹ ਹੈ ਕਿ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਹਲਕੇ ਆਦਮਪੁਰ ਦੇ ਸੀਵਰੇਜ ਦੇ ਕੰਮ ਬਾਰੇ ਸਵਾਲ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਸੀ, ਜਿਸ ਦੇ ਜਵਾਬ 'ਚ ਉਹਨਾਂ ਨੇ ਕਿਹਾ ਸੀ ਕਿ ਇਹੋ ਜਿਹੇ ਮੈਂਬਰਾਂ ਦੇ ਸਵਾਲ ਦਾ ਜਵਾਬ ਵੀ ਮੈਂ ਦੇਵਾਂਗਾ। ਉਹਨਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਕਿ ਇਹੋ ਜਿਹੇ ਮੈਂਬਰਾਂ ਦਾ ਕੀ ਮਤਲਬ ਹੈ, ਵਿਧਾਨ ਸਭਾ ਦੇ ਮੈਂਬਰਾਂ 'ਚ ਵੀ ਕੋਈ ਫਰਕ ਹੁੰਦਾ ਹੈ? ਇਹੋ ਜਿਹੇ, ਉਹਨੇ ਜਵਾਬ 'ਚ ਕੀ ਕਿਹਾ, ਇਹੋ ਜਿਹੇ ਮੈਂਬਰ, ਕਿਉਂਕਿ ਮੈਂ ਇੱਕ ਡਿਪਰਾਈਵ ਕਲਾਸ ਵਿੱਚੋਂ ਆਉਣਾ, ਇਸ ਮੰਤਰੀ ਦੀ ਸੋਚ ਮਾਨਸਿਕਤਾ ਕੀ ਹੈ ਇਹ ਤਾਂ ਦੇਖੋ। ਪਿਛਲੇ ਹਫ਼ਤੇ ਵੀ ਇਹਨੇ ਆਪਣੇ ਭਾਸ਼ਣ 'ਚ ਨਵਜੋਤ ਸਿੱਧੂ ਨੇ ਗਾਲਾਂ ਕੱਢੀਆਂ, ਔਰ ਅੱਜ ਜੋ ਇਹਨੇ ਇੱਕ ਬਤੌਰ ਇੱਕ ਸ਼ਡਿਊਲ ਕਾਸਟ ਮੈਂਬਰ ਦੇ ਜੋ ਇਹਨੇ ਭਾਸ਼ਾ ਵਰਤੀ ਹੈ, ਉਹਦੇ ਨਾਲ ਸਾਨੂੰ ਦੁੱਖ ਹੋਇਆ, ਦਰਦ। ਉੱਧਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਵਨ ਕੁਮਾਰ ਟੀਨੂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਿਰਮੂਲ ਦੱਸਿਆ ਹੈ। ਉਹਨਾਂ ਕਹਿ ਕੇ ਇਹ ਬਿਨਾਂ ਵਜ੍ਹਾ ਗੱਲ ਦਾ ਪਤੰਗੜ ਬਣਾ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਨੇ 10 ਵਾਰ ਉਹਨਾਂ ਨੂੰ ਮੈਂਬਰ ਸਾਹਿਬ ਕਹਿ ਕੇ ਸੰਬੋਧਨ ਕੀਤਾ ਸੀ। ਗੱਲ ਕੀ ਹੋਈ ਸੀ? ਗੱਲ ਇਹ ਹੋਈ ਸੀ ਵੀ ਇਹਨਾਂ ਨੇ ਮੈਂਬਰ ਸਾਹਿਬ ਨੇ ਪੁੱਛਿਆ, ਮੈਨੂੰ 10 ਵਾਰ ਮੈਂਬਰ ਸਾਹਿਬ ਕਿਹਾ, 10 ਵਾਰ ਮੈਂਬਰ ਸਾਹਿਬ ਕਿਹਾ, ਔਰ ਇੱਕ ਵਾਰ ਇਹੋ ਜਿਹੇ ਮੈਂਬਰ ਕਹਿਤਾ, ਬਾਤ ਦਾ ਪਤੰਗੜ ਬਣਾ ਲਿਆ। ਇਹਨਾਂ ਨੇ ਲੱਖ ਵਾਰ ਸਪੀਕਰ ਸਾਹਿਬ ਨੂੰ ਚੋਰ ਕਿਹਾ, ਲੱਖ ਵਾਰ ਬੋਲਾ ਕਿਹਾ, ਹੋਰ ਕਿੱਡੇ ਕਿੱਡੇ ਅਪਸ਼ਬਦ ਵਰਤੇ, ਉਹ ਮਰਿਆਦਾ ਸੀ? ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ 'ਚ ਮੁੱਖ ਵਿਰੋਧੀ ਧਿਰ ਭਾਵੇਂ ਕਿ ਆਮ ਆਦਮੀ ਪਾਰਟੀ ਹੈ, ਪਰ ਹੰਗਾਮਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਜ਼ਿਆਦਾ ਕੀਤਾ ਜਾ ਰਿਹਾ ਹੈ। ਬਿਊਰੋ ਰਿਪੋਰਟ, ਪੰਜਾਬ ਟੂਡੇ।